ਜਲੰਧਰ ਦੇ ਮਕਸੂਦਾਂ ਮੰਡੀ ਦੇ ਵਿੱਚ ਮੌਜੂਦਾਂ ਤੇ ਦੁਕਾਨਦਾਰਾਂ ਨਾਲ ਆੜਤੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਅਸਰ ਜਿਹੜਾ ਮਹਾਮਾਰੀ ਦਾ ਮੰਡੀ ਦੇ ਉੱਪਰ ਵੀ ਪੈਂਦਾ ਨੇਰ ਆ ਰਿਹਾ ਹੈ ਕੀ ਨਾਜੀ ਤੁਹਾਡਾ ਸੌਰਵ ਜੀ ਕਿੰਨਾ ਕ ਅਸਰ ਜਿਹੜਾ ਹੈ ਇਸ ਮੰਡੀ ਦੇ ਉੱਪਰ ਵੀ ਕਰੋਨਾ ਮਹਾਮਾਰੀ ਦਾ ਬਹੁਤ ਅਸਰ ਪੈ ਰਿਹਾ ਜੀ ਸਬਜ਼ੀ ਦਾ ਬਹੁ ਬੁਰਾ ਹਾਲ ਹੈ ਜੀਵਿੰਦਾਰਾਂ ਦਾ ਸਬਜ਼ੀ ਦਾ ਬਹੁ ਬੁਰਾ ਹਾਲ ਹੈ ਇੱਥੇ ਆਪਣੇ ਕੋਈ ਵਪਾਰੀ ਧਨੀਆਂ ਲੈ ਕੇ ਆਂਦਾ ਉਹ ਵਿਚਾਰਾ ਸਵੇਰ ਦਾ 3 ਵੇ ਦਾ ਮੰਡੀ ਆਇਆ ਚਾਰ ਪੱਲਰ ਧਲੀਆਂ ਦੀਆਂ ਲੈ ਕੇ ਆਇਆ 5 ਰੁਪਏ ਕਿਲੋ 6 ਰੁਪਏ ਕਿਲੋ ਵੇਚ ਗੋਨੇ ਚਾਰ ਪੰਡਾ ਦਾ ਸਿਰਫ 614 ਰੁਪਏ ਵੱਟੇ ਉਹ ਉਹਦੇ ਜੋ ਕੀ ਗੱਡੀ ਵਾਲੇ ਨੂੰ ਕਰਾਇਆ ਦੇਗਾ ਤੇ ਕੀ ਲੇਬਰ ਨੂੰ ਕਰਾ ਦੇਗਾ ਤਾਂ ਕੀ ਕਰੇਗਾ ਅੰਨਾ ਬੁਰਾ ਹ ਸਬਜੀ ਦਾ ਬਿਲਕੁਲ ਦੇਖੋ ਨੂੰ ਮਿਲ ਰਿਹਾ ਕਿ ਜਿਹੜੇ ਸਾਮਾਨ ਖਰੀਦੇ ਹੋਏ ਨੇ ਉਸੇ ਤਰ੍ਹਾਂ ਹੀ ਪੂਰੀ ਮੰਡੀ ਉਦਾਂ ਦੀ ਉਦਾਂ ਹੀ ਭਰੀ ਪਈ ਆ ਹਰੇਕ ਲਫਾਫਾ ਅੱਗੇ ਸਬਜੀ ਜਿਹੜੀ ਤੋਲ ਕੇ ਵਿਕਦੀ ਸੀ ਹਰੇ ਕੋਈ 50 ਰੁਪਏ ਲਫਾਫਾ ਕੋਈ 40 ਰੁਪਏ ਲਫਾਫਾ ਕੋਈ 70 ਰੁਪਏ ਲਫਾਫਾ ਵੇਚਦਾ ਪਿਆ ਜੀ ਇਹ ਚੋ ਕੀ ਗੱਡੀ ਦਾ ਕਿਰਾਇਆ ਕਟਾਂਗੇ ਕੀ ਆੜਤ ਕਟ ਪੁਆਇਸਾ ਤਾਂ ਨਹੀਂ ਦੀ ਪ੍ਰਸ਼ਾਸਨ ਨਾਲੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਬਸ ਇਹੀ ਮੰਗ ਕਰਦੇ ਆ ਕਿ ਥੋੜਾ ਟਾਈਮ ਵਧਾ ਦਿੱਤਾ ਜਾਵੇ ਜਿਹਦੇ ਨਾਲ ਕੀ ਹੈ ਕਿ ਥੋੜਾ ਥੋੜਾ ਟਾਈਮ ਸਬਜ਼ੀ ਦਾ ਵੇਚਣ ਨੂੰ ਲੋਕਾਂ ਨੂੰ ਮਿਲ ਸਕੇ ਤੇ ਲੋਕੀ ਆਪਣੀ ਰੋਜੀ ਰੋਟੀ ਖਾ ਸਕਣ ਪਰ ਜਿਹੜੇ 15 ਦਿਨ ਦਾ ਉੱਪਰੋਂ ਲੋਕਡਾਊਨ ਲਗਾ ਦਿੱਤਾ ਗਿਆ ਹੈ ਉਦੇ ਬਾਰੇ ਕੀ ਕੀ ਕਹਿਣਾ ਚਾਹੁੰਦੇ ਹੋ ਕਾਫੀ ਲੋਕ ਜਿਹੜੇ ਇੱਥੇ ਮੰਡੀ 'ਚ ਦੇਖਣ ਲੋਕਾਂ ਨੂੰ ਵਾਹ ਜਿਹੜਾ 15 ਦਿਨ ਦਾ ਲੋਕਡਾਊਨ ਲਾ ਦਿੱਤਾ ਗਿਆ ਉਹ 'ਚ ਕੁਝ ਗਾਈਡਲਾਈਨਸ ਇਦਾਂ ਦੀਆਂ ਆਈਆਂ ਜਿਨ੍ਹਾਂ ਨੂੰ ਕੀ ਛੂਟ ਦਿੱਤੀ ਗਈ ਹੈ ਜਿਦੇ ਵਿੱਚ ਸਬਜ਼ੀ ਵਾਲੇ ਹੈਗੇ ਸਬਜ਼ੀ ਵਾਲੇ ਇਦਾਂ ਕੀ ਰਿਟੇਲ ਨਹੀਂ ਆ ਜਿਹੜੀਆਂ ਹੈਗੀਆਂ ਰਿਟੇਲ ਮਾਲ ਵੇਚਦੇ ਉਹ ਨਹੀਂ ਵੇਚ ਸਕਦੇ ਜਿੱਦਾਂ ਆੜਤੀ ਹੋਲਸੇਲ ਆ ਉਹ ਮਾਲ ਵੇਚ ਸਕਦੇ ਆ ਕਿ ਲੋਕੀ ਬੰਦ ਨਾਲ ਕੇ ਲੈ ਕੇ ਜਾਣ ਤੇ ਜਾ ਕੇ ਆਪਣਾ ਜਾਂ ਕੇ ਪਰਚੂਨ ਵੇਚਣ ਹੋਰ ਚੀਜ਼ ਨਾਲ ਦਿਖਾਈ ਦੇ ਰਹੀ ਹੈ ਜਿਹੜੀ ਪ੍ਰਸ਼ਾਸਨ ਦੀਆਂ ਗਾਈਡਲਾਈਨ ਆਈਆਂ ਉਹਦਾ ਪੂਰਾ ਖਿਆਲ ਨਹੀਂ ਕੀਤਾ ਜਾ ਰਿਹਾ ਸੋਸ਼ਲ ਡਿਸਟੈਂਸ ਬਿਨਾ 마ਸਕ ਤੋਂ ਕਾਫੀ ਲੋਕ ਇਹ ਤਾਂ ਲੋਕਾਂ ਨੂੰ ਆਪਣੀ ਆਪ ਚ ਚਾਹੀਦਾ ਜੀ ਇਹ ਬਿਮਾਰੀ ਬਹੁਤ ਬੁਰੀ ਹੈਗੀ ਆ ਕਿ ਆਪਾਂ 마ਸਕ ਪਾ ਕੇ ਰੱਖੀਏ ਸੋਸ਼ਲ ਡਿਸਟੈਂਸ ਰੱਖੀਏ ਪਰ ਇਹ ਲੋਕੀ ਨਹੀਂ ਰੱਖਦੇ ਹੁਣ ਆਪਾਂ ਜਿਨ੍ਹਾਂ ਨੇ ਘਰ ਬੀਤੇ ਦੀ ਉਹਨਾਂ ਨੂੰ ਪੁੱਛ ਕੇ ਦੇਖੋ ਇੱਥੇ ਤਾਂ ਜਿਨ੍ਹਾਂ ਨੂੰ ਨਹੀਂ ਉਹ ਕਹਿੰਦਾ ਕੀ ਕਰੋਨਾ ਕੋਈ ਕਰੋਨਾ ਨਹੀਂਗਾ ਪਰ ਜਿਨ੍ਹਾਂ ਦੇ ਫੈਮਲੀਆ ਤੇ ਬੀਤਰੀ ਹੈ ਤੁਸੀਂ ਇਸ ਟਾਈਮ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਰੋਨਾ ਕੀ ਆ ਜੀ ਤਾਂ ਨਹੀਂ ਸਾਨੂੰ ਵੀ ਜਿਹੜਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਚਾਹੀਦਾ ਜੀ ਬਿਲਕੁਲ ਚਾਹੀਦਾ ਪ੍ਰਸ਼ਾਸਨ ਦੇ ਨਾਲ ਚੱਲਣਾ ਚਾਹੀਦਾ ਜਿਨੀਆਂ ਵੀ ਉਹਨਾਂ ਦੀ ਗਾਈਡਲਾਈਨਸ ਉਹਨਾਂ ਦਾ ਪਾਲਨ ਕਰਨੀ ਚਾਹੀਦੀ ਹੈ ਜੀ ਬਿਲ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਕਾਫੀ ਅਸਰ ਜਿਹੜਾ ਮਹਾਮਾਰੀ ਦਾ ਪੈਂਦਾ ਨਜ਼ਰ ਆ ਰਿਹਾ ਹੈ ਕੀ ਨਾਜਤ ਮੇਰੇ ਰਮੇਸ਼ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਰੋਨਾ ਦਾ ਅਸਰ ਕਿੰਨਾ ਇੱਕ ਮੰਡੀ ਦੇ ਉੱਪਰ ਵੀ ਹੈ ਬਾਈ ਕਰੋਨਾ ਤੁਹਾਨੂੰ ਪਤਾ ਹੀ ਹੁਣ ਅਸਰ ਸਾਰੀ ਜਗ੍ਹਾ ਤੇ ਹੈਗਾ ਇਹ ਨਹੀਂ ਹੈਗਾ ਮੰਡੀ 'ਚ ਮੰਡੀ 'ਚ ਨਹੀਂ ਸਾਰੀ ਜਗ੍ਹਾ ਤੇ ਪੈਦਾ ਹੈ ਪਰ ਲੋਕੀ ਨਹੀਂ ਸਮਝਦੇ ਲੋਕੀ ਕੋਈ ਵੀ ਰੂਲ ਨਾਲ ਨਹੀਂ ਚੱਲਦਾ ਪਿਆ ਬਸ ਉਹ ਆਉਂ ਚੱਲਣ ਡੇ ਜਿਵੇਂ ਆਪਾਂ ਪਿਕਨਿਕ ਮਨਾਉਂਦੇ ਪਿਆ ਵੀ ਆਪਣਾ ਬਚਾਅ ਕਰੋ ਕਿ ਜਾ ਕਰਨਾ ਤੁਹਾਡਾ ਵਾਧਾ ਹੈਗਾ ਵਾ ਤੁਹਾਡੇ ਪਰਿਵਾਰ ਦਾ ਵਾਧਾ ਹੈਗਾ ਤੁਸੀਂ ਇੱਥੇ ਇਹੋ ਜੇ ਕਿਤੇ ਕਿਸੇ ਨਾਲ ਲੱਗ ਜਾਏ ਕਰੋਨਾ ਆ ਜੇ ਤੁਸੀਂ ਘਰ ਚੱਲ ਜਿਓ ਸਾਰਾ ਟੱਬਲ ਬੇਟ ਦੇਓ ਫੜ ਗਏ ਕਹਿੰਦੇ ਜਿਸ ਤਨ ਲੱਗੇ ਸੋ ਤਨ ਜਾਣੇ ਹੈ ਦੂਜੇ ਨੂੰ ਕੀ ਪਤਾ ਚਿੱਤਾ ਦਾ ਕੀ ਸੇਕ ਹੈਗਾ ਵਾ ਜਿਹਦੇ ਤੇ ਵੀਤੀ ਪਈ ਨਾ ਪਤਾ ਉਹਨੂੰ ਲੱਗਦਾ ਪਿਆ ਵਾ ਵਪਾਰ ਤੇ ਉੱਪਰ ਕਿੰਨਾ ਕਸਰ ਨਜ਼ਰ ਆ ਰਿਹਾ ਵਪਾਰ ਤੇ ਦਈਏ ਭਾਜੀ ਹੁਣ ਜਿਹੋ ਜੇ ਮੋਲ ਆ ਜੇ ਸਬਜ਼ੀ ਲੈ ਕੇ ਕਸਟਮਰ ਜਾਂਦਾ ਹੈਗਾ ਉਹਨੂੰ ਅੱਗੇ ਸਬਜ਼ੀ ਲਾ ਨਹੀਂ ਦਿੰਦੇ ਪੁੱਛ ਵਾਲੇ ਤਾਂ ਕਰਦੇ ਆਗੇ ਨੇ ਉਹ ਟਾਈਮ ਹੋ ਗਿਆ ਬੰਦ ਹੋ ਗਿਆ ਬੰਦ ਕਰੋ ਬੰਦ ਕਰੋ ਤੁਸੀਂ ਦੇਖਿਆ ਕਿ ਦੁਕਾਨਦਾਰ ਪਰੇਸ਼ਾਨ ਹੈ ਪਰ ਨਾਲ ਦੀ ਨਾਲ ਸਰਕਾਰ ਦੀਆਂ ਜੋ ਗਾਈਡਲਾਈਨ ਨੇ ਉਹਦੀ ਪੂਰੀ ਤਰ੍ਹਾਂ ਪਾਲਨ ਕਰਨ ਦਾ ਵੀ ਜਿਹੜਾ ਕਿਹਾ ਜਾ ਰਿਹਾ ਹੈ ਹਰ ਕਿਸੇ ਦੀ ਜ਼ਿੰਮੇਵਾਰੀ ਬੰਦੀ ਏ ਕਿ ਆਪਣੇ ਜ਼ਿੰਮੇਵਾਰੀ ਨਾਲ ਜਿਹੜੀਆਂ ਗਾਈਡਲਾਈਨ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਆਈਆਂ ਨੇ ਉਹਨੂੰ ਜਿਹੜਾ ਪੂਰਾ ਕੀਤਾ ਜਾਵੇ ਪਰ ਮੰਡੀ ਦੇ ਵਿੱਚ ਜਿਹੜੇ ਸਰਕਾਰ ਵੱਲੋਂ ਗਾਈਡਲਾਈਨ ਆਈਆਂ ਉਹਨਾਂ ਨੂੰ ਚਿੱਕੇ ਦੇ ਉੱਪਰ ਟੰਗਦੇ ਹੋਏ ਲੋਕ ਨਜ਼ਰ ਆ ਰਹੇ ਬਿਨਾ ਮਾਸਕ ਤੋਂ ਲੋਕ ਨਜ਼ਰ ਆ ਰਹੇ ਛੋਸ਼ੇ ਡਿਸਟਰੀਆਂ ਤਜੀਆਂ ਉਡਾਂਦੇ ਨਜ਼ਰ ਆ ਰਹੇ ਪਰ ਉੱਥੇ ਹੀ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਨਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪੁਲਿਸ ਕਰਮਚਾਰੀ ਤਾਨੂੰ ਐਸੇ ਮੰਡੀ ਦੇ ਵਿੱਚ ਮਿਲੂਗਾ ਜਿਹੜੇ ਸਰਕਾਰ ਦੀਆਂ ਗਾਈਡਲਾਈਨ ਨੂੰ ਪੂਰਾ ਕਰਵਾਇਆ ਕਰਵਾ ਸਕੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਜ਼ਿਲ੍ਹਾ ਪ੍ਰਸ਼ਾਸਨ ਤੇ ਵੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਗਾਇਡਲਾਈਨ ਨੂੰ ਪੂਰਾ ਕਰਵਾਉਣ ਦੇ ਲਈ ਲਗਾਤਾਰ ਸ਼ਕਤੀ ਦਾ ਰੁਕਿੱਤਾ ਜਾ ਰਿਹਾ ਹੈ ਉਹ ਸ਼ਕਤੀ ਦਾ ਰੁਕੀਏ ਉਹ ਜਲੰਧਰ ਦੀ ਜਿਹੜੇ ਸਬਜ਼ੀ ਮੰਡੀ ਹੈ ਉਹਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕੈਮਰਾਮੈਨ ਇਕਮ ਦੇ ਨਾਲ ਮਨਵੀਰ ਸੱਬਰਵਾਲ ਫੈਕਟਰੀ ਨਿਊਜ਼ ਜਲੰਧਰ ਹਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ði ਫੈਕਟ ਨਿਊਜ਼